ਇਹਦਾ ਬਦਦੁਆ ਇਹਦਾ ਪੁੱਤ ਹੈ ਬਈ। ਬੱਤੀ ਬਣਾਉਂਦੇ ਹੋਣਗੇ ਬਾਈ ਜਮਾ ਹਨ ਡੱਕੇ ਵਾਂਗੂ ਪੁੱਛਦਾ। ਹਾਂ ਆਪਣੀ ਰੂਮੀ ਉੱਡੀ ਸੀ। ਠੀਕ ਆ ਬਾਈ ਠੀਕ ਆ। ਏ ਟੀ ਐਮ ਦੀ ਸੋਨੀ ਵਾਲੇ ਕਬੂਤਰਾਂ ਦੀ ਦੋ ਵਾਜੀਆਂ ਛੱਡੀ ਸੀ ਟਾਵਰ ਤੇ ਬਾਈ ਅਸੀਂ ਉਵੇਂ ਛੱਡਤੀ ਤੇ ਸੁਣਦਾ। ਮੈਂ ਕਿਹੜੇ ਕਬੂਤਰਾਂ ਜਾਂ ਫਿਰ ਇਹ ਏ ਟੀ ਐਮ ਜਿਹੜੇ ਗਲਿਆਰ ਦੇ ਏ ਟੀ ਐਮ ਬਣੇ ਆ ਨਾ ਉਹ ਕਬੂਤਰ ਆ ਇਹ। ਇਹਨਾਂ ਦੇ ਜੇ ਕਿਸੇ ਵਿੱਚ 5-10% ਵੀ ਖੂਨ ਆ ਜਿਹਦਾ ਬਹੁਤ ਚੰਗੇ ਉੱਡਦੇ ਆ ਕਬੂਤਰ ਵੀ ਉੱਡਦੇ ਆ ਸਾਡੇ ਬਹੁਤ ਛੋਟੀ ਆ ਜੀ ਇਹ ਕਬੂਤਰ। ਇਹਨਾਂ ਇਹਨਾਂ ਦਾ ਜਿਹੜਾ ਵੱਡਾ ਕਬੂਤਰ ਆਪਣਾ ਐਡਾ ਬੜਾ ਲੱਗਦਾ ਇਹ ਕਬੂਤਰ ਹੀ ਆ ਵੱਡੀ ਬਾਹਲੀ ਛੋਟੀ ਆ ਤਨੀ ਆ ਵੀ ਬੜੀ। ਆਪਣੀ ਕਬੂਤਰੀ ਗੁੰਮ ਗਈ ਸੀ ਬੁੱਗੀਪੁਰ ਵਾਲੀ ਮਸ਼ਹੂਰ ਹੋ ਗਈ ਸੀ 5 ਵਜੀਆਂ ਉੱਡੀ ਸੀ। ਠੀਕ ਆ ਉਹਦੀ ਭੈਣ ਆ ਵੀਰੇ ਗੁਰੀ ਨੇ ਛੱਡੀ ਸੀਗੀ ਕਿੱਥੇ ਇਹ ਝਾਂਡੀ ਫਰਿੱਜ ਜਿੱਤੀ ਸੀ ਕੱਲੀ ਫਿਰ ਮੇਰੇ ਕੋਲ ਹੈ ਨਹੀਂ ਸੀ ਕਬੂਤਰ ਫਿਰ ਮੈਂ ਮੰਗਾ ਲਈ। ਠੀਕ ਆ ਇਹ ਘਰੇ ਚੁਬਾਰੇ ਤੇ ਬੈਠੀ ਸੀਗੀ 2-3 ਘੰਟੇ ਉੱਡ ਗਏ ਆਖਰੀ ਦਿਨ ਡੰਡੇ ਨੇ ਡਾ ਕੇ ਝਾਂਡੀ ਹੀ ਛੱਡੀ ਸੀਗੀ ਫਰਿੱਜ ਜਿੱਤ ਕੇ ਛੱਤਰੀ ਚੜੀ ਸੀ ਆਪਣੇ ਡੰਡੇ ਦੀ ਡੰਡੇ ਦੀ ਧੀ ਆ ਪਿਓਰ ਦੀ ਨਿਸ਼ਾਨੀ ਇਹ ਆ ਜਿਹਦੇ ਕੋਲ ਆਹ ਚੀਜ਼ ਹੈਗੀ ਆ ਸਮਝ ਲਓ ਪਿਓਰ ਹੀ ਬੈਠਿਆ ਉਹਦੇ ਕੋਲ ਬਹੁਤ ਜ਼ਿਆਦਾ ਉੜਦਾ ਸੀ ਤੈਨੂੰ ਦੱਸਿਆ ਵੀ ਗੁੰਮ ਗਿਆ ਬਾਜ ਲੈ ਗਿਆ ਪਤਾ ਨੀ ਘਰੋਂ ਚਲੇ ਬਾਜ ਲੈ ਗਏ ਕਿੱਕਰ ਮਾਸਟਰਾਂ ਦੀ ਜਗ੍ਹਾ। ਠੀਕ ਹੈ ਜੀ ਇਹ ਕਿੱਥੋਂ ਆਈ ਹੈ ਜੀ ਝੋਲਾਂ ਵਾਲੇ ਫੌਜੀ ਤੋਂ ਇਹ ਪੁਰਾਣੀ ਆ ਮੁੰਡਲੀ ਆ ਫੌਜੀ ਕੋਲੇ ਕਿੱਕਰ ਮਾਸਟਰ ਬਹੁਤ ਵੀ ਸ਼ਾਮਲ। ਠੀਕ ਹੈ ਉਹਨਾਂ ਦੀ ਕਿਆ ਬਾਤ ਹੈ ਬੜੀ ਸ਼ਾਨਦਾਰ ਪਰ ਆ ਡੀਸੀ ਵਾਲਿਆਂ ਦੀ ਬੇਗੇ ਵਾਲੇ ਭਾਈ ਜੀ। ਹਾਂ ਤਾਂ ਬਾਈ ਹੋਰੇ ਆਪਦੇ 2000